111 ਕਨਾਲਾ ਸਾਹਿਬ। ਇਹ ਮਾਮਲਾ ਕਦੋਂ ਤੁਹਾਡੇ ਸਾਹਮਣੇ ਆਇਆ ਜੀ? ਇਹ ਮਾਮਲਾ ਤਾਂ ਜੀ 16 ਦਾ ਹੀ ਹੈ, 1916 ਆਪਣੇ 2016 ਦਾ। ਅੱਛਾ ਜੀ। ਅਤੇ ਇਹ ਧੱਕੇਸ਼ਾਹੀਆਂ ਕਰ ਕਰਾ ਕੇ ਤੋਂ ਜਦੋਂ ਮੰਤਰੀ ਸੀਗਾ ਅਤੇ ਅਫਸਰਾਂ ਨੇ ਤਾਂ ਇਹਨਾਂ ਦੀ ਮੰਨਣੀ ਮੰਨਣੀ, ਸਾਡੇ ਤੋਂ ਮਾਮਲਾ ਰਜਿਸਟਰੀ ਕਰਵਾਈ ਸੀ ਇਹ ਪੈੜੀ ਦੀ ਅਸੀਂ 1975 ਦੇ ਵਿੱਚ। ਅਸੀਂ ਵਾਹੁਣੇ ਹਾਂ, ਮਾਲਕੀ ਸਾਡੇ ਨਾਂ ਆਈ ਹੈ, ਇਹਨਾਂ ਨੇ ਰਲ ਮਿਲ ਕੇ ਤੜਾ ਕੇ ਅਤੇ ਸਾਨੂੰ ਬੇਦਖਲ ਕਰਾ ਤਾ ਉਹਦੇ 'ਚ। ਪਟਿਆਲੇ ਮੇਰਾ ਕੇਸ ਚੱਲੀ ਜਾਂਦਾ ਜੀ ਬੇਦਖਲੀ ਦਾ, ਅਤੇ ਸਾਨੂੰ ਹੁਣ SHO ਵੀ ਕਹਿ ਦਿੰਦਾ ਖੇਚ ਵੜਿਆਂ ਤੁਹਾਨੂੰ ਐਂ ਕਰ ਦਿਆਂਗੇ, ਤੁਹਾਨੂੰ ਪਰਚੇ ਕੱਟ ਦਿਆਂਗੇ। ਪਰ ਇਹ ਆ ਜੀ, ਅਸੀਂ ਤਾਂ ਇਹ ਇਨਸਾਫ ਪਾਲਦੇ ਹਾਂ ਵੀ ਉਹ ਆ ਜੇ ਉਹਨੇ ਜ਼ਮੀਨ ਖਰੀਦੀ ਹੈ ਜੋ ਕੁਛ ਵੀ ਹੈਗਾ ਤਾਂ ਚਾਰ ਬੰਦਿਆਂ 'ਚ ਬਹਿ ਕੇ ਸਾਡੇ ਨਾਲ ਗੱਲ ਕਰੇ, ਪ੍ਰਸ਼ਾਸਨ ਪੁਲਿਸ ਦਾ ਦਬਾਅ ਪਾ ਕੇ ਤਾਂ ਨਾ ਸਾਨੂੰ ਖੇਤੋਂ ਕੱਢੇ। ਜੇਕਰ ਤੁਹਾਡੀ ਮੰਗ ਨਾ ਮੰਨੇਗੀ ਤੁਸੀਂ ਤੁਹਾਡਾ ਨਿੱਜੀ ਤੌਰ 'ਤੇ ਕਿਸ ਤਰ੍ਹਾਂ ਦਾ ਐਕਸ਼ਨ ਰਹੇਗਾ ਜੀ? ਦੇਖੋ ਜੀ, ਇਹਦੇ 'ਚ ਤਾਂ ਫਿਰ ਐਂ ਆ ਜੋ ਸਾਡੇ ਕੋਲ ਕੁਛ ਖਾਣ ਨੂੰ ਹੈ ਹੀ ਨਹੀਂ, ਅਤੇ ਫਿਰ ਭੁੱਖੇ ਮਰ ਲਓ ਤਾਂ ਫਿਰ ਲੜ ਕੇ ਮਰਾਂਗੇ ਜੀ, ਕਿਸੇ ਦੇ ਗਲ ਲੱਗਾਂਗੇ। ਜਦੋਂ ਸਾਡੇ ਬੱਚਿਆਂ ਕੋਲ ਖਾਣ ਨੂੰ ਕੋਈ ਹੈ ਹੀ ਨਹੀਂ, ਚੀਜ਼ ਹੀ ਨਹੀਂ ਰਹੀ, ਸਾਰੀ ਸੋਲ ਹੀ ਆਉਣੇ, ਤਾਂ ਫਿਰ ਅਸੀਂ ਆਤਮ ਹੱਤਿਆ ਕਰਾਂਗੇ ਚਾਹੇ ਕਿਸੇ ਦੇ ਗਲ ਲੱਗ ਕੇ ਮਰਾਂਗੇ। ਆਜਮ ਵਾਲੇ ਪਿੰਡ ਦੇ ਵਿੱਚ ਇੱਕ ਬਹੁਤ ਪੁਰਾਣਾ ਜ਼ਮੀਨ ਦਾ ਵਿਵਾਦ ਚੱਲਦਾ, ਜਿਹੜਾ ਕਿ ਸਿੱਧ ਮਸਿੱਧਾ ਹੀ BJP ਦੇ ਮੰਤਰੀ ਨਾਲ ਆ। BJP ਦਾ ਮੰਤਰੀ ਜ਼ਮੀਨ ਜਿਹੜੀ ਸੀ ਗਰੀਬ ਬੰਦਿਆਂ ਕੋਲੋਂ ਉਹਨਾਂ ਬੰਦਿਆਂ ਨੇ ਰਜਿਸਟਰੀ ਕਰਾਈ ਸੀ ਅਤੇ ਉਹ ਰਜਿਸਟਰੀਆਂ ਉਹਨਾਂ ਦੀਆਂ ਕੈਂਸਲ ਕਰਵਾ ਕੇ ਅਤੇ ਆਪ ਰਜਿਸਟਰੀਆਂ ਕਰਵਾ ਕੇ ਅਤੇ ਉਸ ਜ਼ਮੀਨ ਦਾ ਜਿਹੜਾ ਸੀ ਮੁਲਾਜ਼ਮਾਂ 'ਤੇ ਦਬਾਅ ਦੇ ਕੇ ਅਤੇ ਆਪਦੇ ਨਾਂ ਸਾਰੀ ਕਰਾ ਗਿਆ। ਉਸ ਜ਼ਮੀਨ ਦੀ ਬਾਬਤ ਅੱਜ ਮੀਟਿੰਗ ਕੀਤੀ ਗਈ ਆ ਅਤੇ ਜੋ ਮੀਟਿੰਗ ਦੇ ਵਿੱਚ ਫੈਸਲਾ ਹੋਊਗਾ ਉਹਦੇ ਮੁਤਾਬਕ ਹੀ ਮੰਨ ਲਓ ਕੋਈ ਕੰਮ ਜੋ ਵੀ ਕੀਤਾ ਜਾਊਗਾ ਉਹ ਫੈਸਲਾ ਜੋ ਮੀਟਿੰਗ ਦੇ ਵਿੱਚ ਹੋਊਗਾ ਉਹਦੇ ਮੁਤਾਬਕ ਕੀਤਾ ਜਾਊਗਾ। ਇਹ ਮਸਲਾ ਕਦੋਂ ਦਾ ਜੀ? ਇਹ ਮਸਲੇ ਨੂੰ ਘੱਟ ਤੋਂ ਘੱਟ ਵੀ ਮੇਰਾ ਖਿਆਲ ਆ ਵੀ 1975 ਦੇ ਵਿੱਚ ਇਹ ਦੱਸਦੇ ਆ ਵੀ ਅਸੀਂ ਜ਼ਮੀਨ ਖਰੀਦੀ ਸੀ, ਇੰਤਕਾਲ ਹੋਏ ਸੀ, ਗਰਦੌਰੀਆਂ ਹੋਈਆਂ ਸੀ, ਇਹਨਾਂ ਦੇ ਨਾਂ ਸੀ ਕੁਛ ਚਿਰ ਇਹਨਾਂ ਨੇ ਵਾਈ, ਉਦੋਂ ਦੇ ਹੀ ਕਬਜ਼ਾ ਮੌਕੇ 'ਤੇ ਇਹਨਾਂ ਦਾ, ਉਸ ਜ਼ਮੀਨ ਦੇ ਵਿੱਚ ਮੌਕੇ 'ਤੇ ਕਬਜ਼ਾ ਵੀ ਇਹਨਾਂ ਦਾ ਅਤੇ ਉਹਦੇ ਵਿੱਚ ਜਿਹੜਾ ਇਹਨੇ ਜਾਣ ਬੁੱਝ ਕੇ ਆਪਦੇ ਮੰਤਰੀ ਪੁਣੇ ਦੀ ਧੌਂਸ ਜਮਾ ਕੇ ਅਤੇ ਇਹਨੇ ਜਿਹੜਾ ਸੀਗਾ ਉਹ ਨਜਾਇਜ਼ ਸਾਰਾ ਇਹਨਾਂ ਦੇ ਨਾਲ ਧੱਕਾ ਕੀਤਾ। ਪ੍ਰਸ਼ਾਸਨ ਨੂੰ ਵੀ ਅਸੀਂ ਇਹ ਗੱਲ ਹੀ ਮੈਂ ਤਾਂ ਪੂਰ ਜ਼ੋਰ ਕਹਿਣਾ ਚਾਹੁੰਦਾ ਕਿ ਪ੍ਰਸ਼ਾਸਨ ਜੋ ਇਹਨਾਂ ਨੇ ਹੁਣ ਕੋਈ ਕੇਸ ਪਾਇਆ ਉਹਦੇ ਮੁਤਾਬਕ ਪ੍ਰਸ਼ਾਸਨ ਜਿਹੜਾ ਹੈਗਾ ਉਹ ਸਹੀ ਅਤੇ ਸੱਚਾਈ ਦਾ ਕੰਮ ਕਰੇ ਅਤੇ ਜਥੇਬੰਦੀਆਂ ਨੂੰ ਵੀ ਪਰੇਸ਼ਾਨੀ ਨਾ ਆਵੇ ਅਤੇ ਜਿਹੜਾ ਇਹਨਾਂ ਦਾ ਕੰਮ ਵੀ ਸਹੀ ਹੋ ਜਾਵੇ ਅਤੇ ਜੈਣੀ ਨੂੰ ਜਿਹੜਾ ਇਹਦੇ ਵਿੱਚੋਂ ਬਾਹਰ ਕੱਢਿਆ ਜਾਵੇ। ਦੇਖੋ, ਸਾਰੀ ਸਰੀਅਨ ਝੂਠ ਹੈ, ਅਸੀਂ ਜ਼ਿੰਦਗੀ 'ਚ ਨਾ ਤਾਂ ਕਿਸੇ ਧੱਕਾ ਕੀਤਾ ਅਤੇ ਨਾ ਕਰਨਾ। ਦਰਅਸਲ ਜੋ ਜ਼ਮੀਨ ਮੇਰੀ ਨਹੀਂ ਹੈ ਵੀ ਨਾ ਮੈਂ ਕਦੇ ਜ਼ਮੀਨ 'ਚ ਗਿਆ, ਉਹ ਜ਼ਮੀਨ ਮੇਰੇ ਰਿਸ਼ਤੇਦਾਰਾਂ ਦੀ ਹੈ, ਮੇਰੇ ਸਾਡੂ ਨੇ ਖਰੀਦੀ ਸੀ, ਉਹਦੀ ਡੈਥ ਹੋ ਗਈ, ਉਹ ਸਾਲੀ ਉੱਥੇ ਰਹਿਣ ਲੱਗੀ ਤਾਂ ਜ਼ਮੀਨ ਠੇਕੇ ਦੇ ਰੱਖੀ ਹੈ। 10 ਸਾਲ ਤੋਂ ਜ਼ਮੀਨ ਜਿਹੜੀ ਹੈ ਉਹ ਠੇਕੇਦਾਰ ਉੱਥੋਂ ਦਾ ਅੱਜਮ ਵਾਲਾ ਦਾ ਠੇਕੇ ਵਾਰਿਆ, ਹੁਣ ਉਹਨਾਂ ਦੇ ਨੀਤ ਦੇ ਵਿੱਚ ਕਿਸਾਨੀ ਯੂਨੀਅਨ ਦੀ ਆੜ ਦੇ ਵਿੱਚ ਇਹ ਕੁਛ ਲੋਕ ਇਕੱਠੇ ਹੋ ਕੇ ਝੰਡੇ ਲੈ ਕੇ ਅੱਜ ਉਹ ਠੇਕੇ ਦੇ ਰੱਖੀ ਸੀ, ਪਹਿਲੇ ਜਾ ਕੇ ਠੇਕੇਦਾਰ ਨੂੰ ਕੋਈ ਉਹਨਾਂ ਨੇ ਡਰਾਇਆ ਕਿ ਤੂੰ ਵਾਹੇਗਾ ਤਾਂ ਠੀਕ ਨਹੀਂ, ਆ ਕਰਾਂਗੇ ਵੋ ਕਰਾ, ਇੱਕ ਠੇਕੇਦਾਰ ਹੋਰ ਆਇਆ ਉਹਨੂੰ ਭਜਾਤਾ, ਤਾਂ ਫਿਰ ਆ ਜ਼ਮੀਨ ਜਿਹੜੀ ਹੈ ਵਾਹਣੀ ਤਾਂ ਹੈ ਹੀ ਉਹਨਾਂ ਦਾ, ਇਸ ਜ਼ਮੀਨ ਦੇ ਵਿੱਚ ਕੋਈ ਖੱਖਾ ਨਹੀਂ ਹੈ। ਤਾਂ ਮੇਰਾ ਡਰਾਈਵਰ ਜਿਹੜਾ ਸੀ ਕਿ ਸਾਡੇ ਕਿਹਾ ਵੀ ਮੈਂ ਕਿਹਾ ਚਲੋ ਮੈਂ ਡਰਾਈਵਰ ਭੇਜਦੇ ਟਰੈਕਟਰ ਸੀ, ਉਹ ਚਲੋ ਵਾਹ ਦਿੰਦੇ ਜ਼ਮੀਨ ਅਤੇ ਉਹ ਟਰੈਕਟਰ ਉੱਥੇ ਜੀ ਵੇਚਤਾ ਜ਼ਮੀਨ ਵਾਹਣ ਵਾਸਤੇ, ਤਾਂ ਜ਼ਮੀਨ ਵਾਸਤੇ ਗਿਆ ਅਤੇ ਉੱਥੇ ਫਿਰ ਉਹ ਇਕੱਠੇ ਹੋ ਕੇ ਆ ਗਏ। ਜਿਹੜੇ ਸਾਡੇ ਡਰਾਈਵਰ ਨੇ ਮੂਵੀ ਬਣਾਈ ਹੈ ਉਹਦੇ 'ਚ ਸਾਫ਼ ਕਹਿ ਰਹੇ ਨੇ ਉਹ ਇਹ BJP ਵਾਲਿਆਂ ਦੀ ਜ਼ਮੀਨ ਹੈ, ਯਾਨੀ ਕਿ BJP ਵਾਲਾ ਫਿਰ ਉਹ ਪੰਜਾਬ 'ਚ ਨਹੀਂ ਰਹਿਣ ਦੇਣਗੇ। ਕੀ ਇਹ ਜਥੇਬੰਦੀਆਂ ਕੀ ਸੰਦੇਸ਼ ਦੇਣਾ ਚਾਹੁੰਦੀ ਹੈ ਕਿ BJP ਵਾਲਿਆਂ ਦੀ ਜ਼ਮੀਨ ਹੈ? ਔਰ ਬਦਨਾਮ ਕਰਨ ਵਾਸਤੇ ਇਹਨਾਂ ਦੇ ਸਾਰੇ ਚਾਲੇ ਨੇ, ਔਰ ਅਸੀਂ ਹਰਜੀਤ ਗਰੇਵਾਲ ਦੇ ਉਹਦੀ ਜ਼ਮੀਨ ਕਿ ਅਸੀਂ ਨਹੀਂ ਵਾਣ ਦਿਆਂਗੇ, ਆਹ ਨਹੀਂ ਵਾਣ ਦਿਆਂਗੇ, ਤਾਂ ਕੋਈ ਇਸ ਤਰ੍ਹਾਂ ਕਿੱਦੋਂ ਤੱਕ ਚੱਲੇਗੀ? ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਗੱਲ ਅੱਜ ਦੇਖੀ ਹੈ ਇੰਨੀ ਝੂਠ ਜਿਹੜੀ ਹੈ ਮਾਰੀ ਜਾ ਰਹੀ ਹੈ, ਔਰ ਜਥੇਬੰਦੀਆਂ ਦੇ ਜ਼ਿਲ੍ਹਾ ਪ੍ਰਧਾਨ ਹੋ ਕੇ ਐਡੀ ਝੂਠ ਮਾਰਦੇ ਨੇ ਕਿਸਾਨ ਉਹਨੂੰ ਕਿਹਦਾ ਭਲਾ ਕਰਨਗੇ? ਜਿਹਨੇ ਜ਼ਮੀਨ ਲੈ ਰੱਖੀ ਉਹ ਵੀ ਤਾਂ ਕਿਸਾਨ ਹੈ, ਜਿਹਨੇ ਵਾਹ ਰਿਹਾ ਉਹ ਵੀ ਕਿਸਾਨ ਹੈ, ਤਾਂ ਧੱਕਾ ਕਰਕੇ ਤੱਕ ਉਲਟਾ ਕਹਿੰਦੇ ਵੀ ਜਾਣੀ ਧੱਕਾ ਕਰਾਉਂਦਾ ਉਹ, ਮਤਲਬ ਮੈਂ ਧੱਕਾ ਕਾਹਨੂੰ ਕਰਾਉਣਾ? ਜੇ ਜ਼ਮੀਨ ਉਹਨਾਂ ਨੇ ਕਿਹਨੇ ਵੇਚੀ ਉਹਨੇ ਤਾਂ ਲਈ ਹੈ, ਤਾਂ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਕਿਸਾਨ ਜਥੇਬੰਦੀਆਂ ਵੀ ਕਿਸਾਨ ਜਥੇਬੰਦੀਆਂ ਆਪਦੀ ਜਿਹੜਾ ਜ਼ਿਲ੍ਹਾ ਪ੍ਰਧਾਨ ਵੀ ਉੱਥੇ ਸੀਗਾ ਉਹ ਗੁਰਦੁਆਰੇ ਵੜ ਕੇ ਕਹਿ ਦੇਣ, ਉਹ ਕਮੇਟੀ ਬਣਾ ਲੈਣ ਔਰ ਕਮੇਟੀ ਬਣਾ ਕੇ ਫੈਸਲਾ ਕਰ ਦੇਣ, ਮੈਂ ਮੇਰੇ ਪੱਲੋਂ 10 ਕਿੱਲੇ ਦੇ ਦਿਆਂ, 20 ਦੇ ਦਿਆਂ, ਹੋਰ ਬੋਲੋ ਜੇ ਅਗਰ ਕਿੱਥੇ ਸੱਚਾਈ ਹੋਵੇ ਤਾਂ। ਔਰ ਨਹੀਂ ਤਾਂ ਕਿਸਾਨ ਹੀ ਉਹਦੇ ਜਥੇਬੰਦੀ ਉਹ ਕਿਸਾਨ ਜਿਹੜੇ ਗੱਲ ਕਰ ਰਹੇ ਨੇ ਉਹ ਮਾਫ਼ੀ ਮੰਗਣ ਵੀ ਅਸੀਂ ਇਹ ਡਿਊਟੀ ਜਿਹੜਾ ਪਰਪੰਡਾ ਕਰਕੇ ਬਦਨਾਮ ਕਰ ਰਹੇ ਹਾਂ।